ਢਾਈ ਪੇਜ ਦੀ ਲਿਸਟ ਬਣਦੀ ਹੈ ਜਿੰਨੇ ਧੋਖੇ ਹੋਏ ਆ ਤੁਹਾਡੇ ਨਾਲ। ਇੱਕ ਇੱਕ ਧੋਖਾ ਐਸਾ ਹੈ ਜਿਹੜਾ ਕਿ ਕਰਨ ਵਾਲੇ ਦਾ ਮੂੰਹ ਕਾਲਾ ਕਰਨ ਦੇ ਕਾਬਲ ਹੈ। ਧੋਖੇ, ਫਰੇਬ ਔਰ ਫਰੇਬਾਂ ਤੋਂ ਵੱਡਾ ਜਿਹੜਾ ਕੁਛ ਹੁੰਦਾ ਛਲ ਤੇ ਹੋਰ ਕਪਟ ਕਰਕੇ ਸਾਡੇ ਨਾਲ ਇਹਨਾਂ ਨੇ ਇਹ ਸਾਰਾ ਕੁਛ ਅਰੇਂਜ ਕੀਤਾ। ਇਹ ਜਿਹੜਾ ਮਸਲਾ ਹੈ, ਅਸੀਂ ਇੱਕ ਦੂਸਰੇ ਨੂੰ ਮਿਹਣੇ ਦੇ ਰਹੇ ਹਾਂ। ਇਹ ਮਸਲਾ ਜਿਨ੍ਹਾਂ ਨੇ ਉਲਝਾਇਆ ਉਹਨਾਂ ਨੇ ਬੜੀ ਸੋਚ ਸਮਝ ਕੇ ਉਲਝਾਇਆ। ਕਿਸ ਹੱਦ ਤੱਕ ਉਲਝਾਇਆ ਇਸ ਦਾ ਇੱਕ ਇਗਜ਼ਾਮਪਲ ਤਾਂ ਆ ਚੁੱਕਿਆ ਤੁਹਾਡੇ ਸਾਹਮਣੇ, ਉਸ ਨੂੰ ਮੈਂ ਥੋੜ੍ਹਾ ਜਿਹਾ ਡਿਟੇਲ ਦੇ ਵਿੱਚ ਦੱਸ ਦਿੰਦਾ ਕਿ ਜਨਵਰੀ 1982 ਨੂੰ ਚਾਰ ਰਿਟਸ ਹੋਈਆਂ। ਇੱਕ ਨਹੀਂ ਸੀ, ਚਾਰ ਰਿਟਸ ਸਨ। ਚਾਰਾਂ ਦੇ ਨੰਬਰ ਮੇਰੇ ਕੋਲ ਹੈਗੇ 375 82, 360, 1569 ਅਤੇ 1590। ਇਹ ਚਾਰ ਰਿਟਸ ਹੋਈਆਂ ਔਰ ਉਹਨਾਂ ਦੇ ਵਿੱਚ 78 ਧਾਰਾ ਨੂੰ ਚੈਲੰਜ ਕੀਤਾ ਗਿਆ ਕਿ ਸੰਵਿਧਾਨ ਦੇ ਅਨੁਸਾਰ ਨਹੀਂ। 1982 ਜਨਵਰੀ ਤੋਂ ਲੈ ਕੇ 1 ਨਵੰਬਰ 1983 ਤੱਕ 2 ਸਾਲ ਲਗਾਤਾਰ ਇਹ ਕੇਸ ਸੁਪਰੀਮ ਹਾਈ ਕੋਰਟ ਦੇ ਗੇੜੇ ਕੱਢਦਾ ਰਿਹਾ। ਜਿਹੜੇ ਜੱਜ ਕੋਲ ਜਾਵੇ ਉਸ ਨੂੰ ਅਗਾਂਹ ਤੱਕਦੇ, ਉਹ ਦੂਸਰਾ ਉਸਨੂੰ ਅਗਾਂਹ ਤੱਕਦੇ। ਸੰਧਾਵਾਲੀਆ ਚੀਫ ਜਸਟਿਸ ਬਣ ਗਿਆ, ਉਸਨੇ ਇਸ ਦੇ ਉੱਤੇ ਐਕਸ਼ਨ ਲਿਆ। ਉਸਨੇ ਕੀ ਕੀਤਾ ਕਿ 15 ਨਵੰਬਰ ਨੂੰ ਮੀਟਿੰਗ ਇਸ ਦੀ ਸੁਣਵਾਈ ਹੋਏਗੀ, ਫੁੱਲ ਬੈਂਚ, ਕੌਂਸਟੀਟਿਊਸ਼ਨਲ ਬੈਂਚ ਕੌਂਸਟੀਟਿਊਟ ਕਰਦਾ ਔਰ ਕੌਂਸਟੀਟਿਊਸ਼ਨਲ ਬੈਂਚ ਦੇ ਵਿੱਚ ਇਹ ਆਪ ਸੀ ਸੰਧਾਵਾਲੀਆ, ਸੋਢੀ ਸਾਹਿਬ ਸੀਗੇ ਜਿਹੜੇ ਇਹਨਾਂ ਨਾਲ ਬੈਠੇ ਸੀ, ਜਿਨ੍ਹਾਂ ਨੇ ਐਡਮਿਟ ਕੀਤੀ ਸੀ ਰਿਟ, ਅਤੇ ਇੱਕ ਮਿੱਤਲ ਸਾਹਿਬ ਸੀਗੇ। ਇਹ ਤਿੰਨੋਂ ਜੱਜ ਇਹਨਾਂ ਨੇ ਇਹ ਫੈਸਲਾ ਕਰ ਲਿਆ ਕਿ ਅਸੀਂ 15 ਨਵੰਬਰ ਨੂੰ ਇਸ ਦੇ ਉੱਤੇ ਸੁਣਵਾਈ ਕਰਾਂਗੇ। ਇਹ ਗੱਲ ਦੇਖ ਕੇ ਹਰਿਆਣਾ 3 ਵਾਰੀ ਸੁਪਰੀਮ ਕੋਰਟ ਦੇ ਵਿੱਚ ਗਿਆ ਕਿ ਇਸ ਨੂੰ ਰੱਦ ਕਰੋ, ਇਹ ਪਤਾ ਨਹੀਂ ਕੀ ਕਰਨਗੇ, ਪੰਜਾਬ ਦੇ ਹੱਕ 'ਚ ਫੈਸਲਾ ਕਰਨਗੇ, ਰੱਦ ਕਰੋ। ਸੁਪਰੀਮ ਕੋਰਟ ਨੇ 3 ਵਾਰੀ ਰਿਫਿਊਜ਼ ਕਰਤਾ। ਜਦੋਂ 14 ਨਵੰਬਰ ਆ ਗਈ ਨਾ, ਫਿਰ ਹਿੰਦੁਸਤਾਨ ਦਾ ਅਟੋਰਨੀ ਜਨਰਲ ਪੇਸ਼ ਹੋਇਆ ਸੁਪਰੀਮ ਕੋਰਟ ਦੇ ਵਿੱਚ ਔਰ ਉਸਨੇ ਕੋਈ ਲਿਖਤੀ ਐਪਲੀਕੇਸ਼ਨ ਨਹੀਂ ਦਿੱਤਾ, ਕੋਈ ਰਿਟ ਨਹੀਂ ਕੀਤੀ ਸੁਪਰੀਮ ਕੋਰਟ ਦੇ ਵਿੱਚ। ਇਹ ਸਨ ਲਾਇਆ ਉਸਨੇ, ਜਾ ਕੇ ਸਿੱਧਾ ਜਾ ਕੇ ਚੀਫ ਜਸਟਿਸ ਦੇ ਸਾਹਮਣੇ ਖੜ ਗਿਆ, ਜੀ ਇਹ ਪੰਜਾਬ ਦਾ ਜਿਹੜਾ ਮਸਲਾ ਹੈਗਾ ਇਹਨੂੰ ਇਹਨੂੰ ਬੰਦ ਕਰੋ, ਇਹ ਜਿਹੜੀਆਂ ਰਿਟਸ ਹੈਗੀਆਂ ਇਹ ਨਹੀਂ ਸੁਣਵਾਈ ਹੋਣੀ ਚਾਹੀਦੀ। ਚੀਫ ਸੁਪਰੀਮ ਕੋਰਟ ਕੀ ਕਰਦਾ ਹੈ, ਉਸੇ ਦਿਨ ਸੰਧਾਵਾਲੀ ਨੂੰ ਟ੍ਰਾਂਸਫਰ ਕੀਤਾ, ਉਸੇ ਦੁਪਹਿਰ ਨੂੰ ਸੰਧਾਵਾਲੀ ਇੱਥੋਂ ਟ੍ਰਾਂਸਫਰ ਹੋ ਕੇ ਪਟਨਾ ਸਾਹਿਬ ਭੇਜਦਾ, ਸੁਣਵਾਈ ਰੋਕਤੀ। ਉਸ ਤੋਂ ਬਾਅਦ ਜਿਹੜੀਆਂ ਉਹ ਚਾਰ ਰਿਟਸ ਸਨ ਉਹਨਾਂ ਨੂੰ ਉਹਨਾਂ ਨੇ ਆਪਣੇ ਕੋਲ ਤਲਬ ਕਰ ਲਿਆ, ਜਿਹੜਾ ਕਿ ਸੁਪਰੀਮ ਕੋਰਟ ਕੋਲ ਕੋਈ ਅਧਿਕਾਰ ਨਹੀਂ, ਉਸਦੇ ਆਪਣੇ ਰੂਲਸ ਬਣਾਏ ਹੋਏ ਹੈ। ਰੂਲਸ ਕੀ ਹਨਗੇ ਕਿ ਜੇ ਕਿਸੇ ਦਾ ਕੇਸ ਤੁਸੀਂ ਆਪਣੇ ਕੋਲ ਲੈਣਾ ਤਾਂ ਉਸ ਦੇ ਵਿੱਚ ਤੁਹਾਨੂੰ 1 ਮਹੀਨੇ ਦਾ ਨੋਟਿਸ ਦੇਣਾ ਪਏਗਾ ਉਹਨਾਂ ਨੂੰ, ਕੋਈ ਨੋਟਿਸ ਨਹੀਂ। ਫਿਰ ਜਿਹੜਾ ਇਹ ਹੋਰ ਕੋਈ ਕਾਨੂੰਨ ਹੈ ਉਹ ਸਿਰਫ ਇਹ ਹੈਗਾ ਕਿ ਜੇ 2 ਹਾਈ ਕੋਰਟ ਦੇ ਵਿੱਚ ਮੁਕੱਦਮਾ ਚੱਲਦਾ ਹੋਵੇ ਜਾਂ 1 ਹਾਈ ਕੋਰਟ ਦੇ ਵਿੱਚ 2 ਮੁਕੱਦਮੇ ਸੇਮ ਫੈਕਟਸ ਦੇ ਉੱਤੇ ਚੱਲਦੇ ਹੋਣ ਤਾਂ ਸੁਪਰੀਮ ਕੋਰਟ ਉਸ ਕੇਸ ਨੂੰ ਆਪਣੇ ਕੋਲ ਲੈ ਸਕਦਾ, ਲੇਕਿਨ ਉਹ ਵੀ 1 ਮਹੀਨੇ ਦਾ ਨੋਟਿਸ ਦੇਣ ਤੋਂ ਬਾਅਦ। ਉਹ ਉਸ ਦੇ ਵਿੱਚ ਅਪਲਾਈ ਨਹੀਂ ਸੀ ਕਰਦਾ ਕਿਉਂਕਿ ਇੱਕੋ ਹੀ ਹਾਈ ਕੋਰਟ ਦੇ ਵਿੱਚ ਇਹ ਮੁਕੱਦਮੇ ਚੱਲ ਰਹੇ ਸੀ ਚਾਰੇ। ਸੋ ਇਸ ਤੋਂ ਬਾਅਦ ਕੀ ਹੋਇਆ ਕਿ
ਸੁਪਰੀਮ ਕੋਰਟ ਨੇ ਜਿਵੇਂ ਦੱਸਿਆ ਮੰਡਾਣੀ ਸਾਹਿਬ ਨੇ ਕਿ ਜੀ ਇਹ ਸਾਰੇ ਮਸਲੇ ਰੱਦ ਕਰਦੇ ਗਏ, ਉਹਨਾਂ ਦੇ ਨੰਬਰ ਵੀ ਹੈਗੇ ਸੁਪਰੀਮ ਕੋਰਟ ਦੇ ਅਤੇ ਜਿਹੜੇ ਉਹਨਾਂ ਨੇ ਰੱਦ ਕੀਤੇ ਉਹਨਾਂ ਦੇ ਵੀ ਹੈਗੇ। ਸੋ ਇਸ ਮਸਲੇ ਨੂੰ ਇਸ ਤਰ੍ਹਾਂ ਉਲਝਾਇਆ ਗਿਆ। ਹੁਣ ਤੁਹਾਨੂੰ ਜਿਹੜੀਆਂ ਵੀ ਜੋ ਵੀ ਕੁਛ ਅਸੀਂ ਭੁਗਤ ਰਹੇ ਹਾਂ ਇਹ ਸਾਡੀਆਂ ਕਮੀਆਂ ਕਰਕੇ ਨਹੀਂ ਹੈ, ਇਹ ਸਾਡੀਆਂ ਨਦਾਨੀਆਂ ਕਰਕੇ ਨਹੀਂ ਹੈ, ਸਾਡੀਆਂ ਬੇਵਕੂਫੀਆਂ ਕਰਕੇ, ਸਾਡੇ ਕਾਨੂੰਨ ਨਾ ਜਾਣਨ ਕਰਕੇ ਨਹੀਂ ਹੈ। ਇਸ ਧੋਖੇ ਫਰੇਬ ਔਰ ਫਰੇਬਾਂ ਤੋਂ ਵੱਡਾ ਜਿਹੜਾ ਕੁਛ ਹੁੰਦਾ ਛਲ ਅਤੇ ਹੋਰ ਕਪਟ ਕਰਕੇ ਸਾਡੇ ਨਾਲ ਇਹਨਾਂ ਨੇ ਇਹ ਸਾਰਾ ਕੁਛ ਅਰੇਂਜ ਕੀਤਾ ਹੈ। ਔਰ ਇਹਨਾਂ ਦੀ ਮੈਂ ਲਿਸਟ ਬਣਾ ਰਿਹਾ ਸੀ ਕੱਲ੍ਹ, ਮੈਂ ਕਿਹਾ ਬੜੇ ਬੜੇ ਮੋਜ਼ੇ ਸੱਜਣ ਆਉਣਗੇ ਅਤੇ ਉਹਨਾਂ ਨੂੰ ਦੱਸਾਂਗੇ। 2.5 ਪੇਜ ਦੀ ਲਿਸਟ ਬਣਦੀ ਹੈ ਜਿੰਨੇ ਧੋਖੇ ਹੋਏ ਆ ਤੁਹਾਡੇ ਨਾਲ, ਔਰ ਇੱਕ ਇੱਕ ਧੋਖਾ ਐਸਾ ਹੈ ਜਿਹੜਾ ਕਿ ਕਰਨ ਵਾਲੇ ਦਾ ਮੂੰਹ ਕਾਲਾ ਕਰਨ ਦੇ ਕਾਬਲ ਹੈ। ਤੁਸੀਂ ਉਸ ਦੀ ਗੱਲ ਨਹੀਂ ਕਰਦੇ, ਨਾ ਵਿਧਾਨ ਸਭਾ 'ਚ, ਨਾ ਬਾਹਰ, ਨਾ ਕਿਤੇ ਹੋਰ। ਹੁਣ ਮੈਂ ਤੁਹਾਨੂੰ ਇੱਕ ਧੋਖੇ ਦੀ ਗੱਲ, ਉਹ ਜਿਵੇਂ ਕਹਿੰਦੇ ਨਾ ਛੋਟਾ ਜਿਹਾ ਚਰਿੱਤਰ ਤੁਹਾਨੂੰ ਦਿਖਾਉਣਾ ਇਹਨਾਂ ਦਾ। ਉਹ ਕੀ ਹੈ ਕਿ ਪਣ ਬਿਜਲੀ ਦਾ ਮਸਲਾ ਸੀ, May 1984 ਸੀ ਜਦੋਂ ਕਿ ਜੂਨ ਦੇ ਵਿੱਚ ਜੋ ਹਮਲਾ ਹੋਣਾ ਤੁਸੀਂ ਦੇਖਿਆ ਸਾਰਾ ਕੁਛ। ਪੰਜਾਬ ਐਜੀਟੇਟ ਕਰ ਰਿਹਾ ਸੀਗਾ ਔਰ ਸਾਰਾ ਧਰਮ ਯੁੱਧ ਮੋਰਚਾ ਚੱਲ ਰਿਹਾ ਸੀ। ਧਰਮ ਯੁੱਧ ਬਾਰੇ ਕਹਿੰਦੇ, ਧਰਮ ਯੁੱਧ ਨਹੀਂ ਸੀ, ਇੱਕ ਸੂਜ ਦੇ ਨੱਕੇ ਜਿੰਨੀ 5 ਪਿੰਡ ਮੰਗੇ ਸੀ ਪਾਂਡਵਾਂ ਨੇ ਅਤੇ ਉਹਨਾਂ ਨੇ ਦਿੱਤੇ ਨਹੀਂ ਅਤੇ ਧਰਮ ਯੁੱਧ ਹੋਇਆ ਸੀ। ਸਾਡੇ ਕੋਲ ਇੰਨਾ ਇਸ ਤੋਂ ਵੀ ਘੱਟ ਸੀ ਕੁਛ ਕਰ ਰਹੇ ਸੀਗੇ। ਧਰਮ ਯੁੱਧ ਹੁੰਦਾ ਸੱਚ ਦੇ ਉੱਤੇ, ਨਿਆਂ ਦੇ ਉੱਤੇ, ਔਰ ਉਹ ਧਰਮ ਯੁੱਧ ਸੀ। ਇਹ ਪਣ ਬਿਜਲੀ ਦਾ ਜਿਹੜਾ ਮਸਲਾ ਸੀਗਾ 1981 ਦੇ ਵਿੱਚ ਇਹਨਾਂ ਨੇ ਜਿਹੜਾ ਸਮਝੌਤਾ ਠੋਸਿਆ ਸੀਗਾ, ਉਸ ਤੋਂ ਬਾਅਦ ਇਹਨਾਂ ਨੇ ਪੰਜਾਬ ਵਾਲਿਆਂ ਨੇ ਇੱਕ ਥਰਮਲ ਪਾਵਰ ਪਲਾਂਟ ਬਣਾਇਆ ਰੋਪੜ। ਉਸ ਪਲਾਂਟ ਨੂੰ ਰੋਪੜ ਕਨਾਲ ਦੇ ਵਿੱਚੋਂ ਪਾਣੀ ਦੇਣਾ ਸੀ ਕੂਲਿੰਗ ਵਾਸਤੇ, ਉਹਦੀ ਇਨੋਗਰੇਸ਼ਨ ਸੀ। ਹਰਿਆਣਾ ਅਤੇ ਰਾਜਸਥਾਨ ਨੇ, ਪੰਜਾਬ ਦੇ ਵਿੱਚ ਗਵਰਨਰ ਹੀ ਰਾਜ ਸੀਗਾ, ਗਵਰਨਰ ਸੀ ਇੱਥੇ, ਕੋਈ ਚੁਣੀ ਹੋਈ ਸਰਕਾਰ ਨਹੀਂ ਸੀ। ਹਰਿਆਣਾ ਅਤੇ ਰਾਜਸਥਾਨ ਨੇ ਅਪਲਾਈ ਕੀਤਾ ਕਿ ਜੀ ਅਸੀਂ ਗਵਰਨਰ ਨੂੰ ਕਿਹਾ ਕਿ ਸਾਡੀ ਮਰਜ਼ੀ ਤੋਂ ਬਿਨਾਂ ਇਹ ਪਾਣੀ ਨਹੀਂ ਜਾਣਾ ਚਾਹੀਦਾ। ਪਾਣੀ ਸਤਲੁਜ ਕਨਾਲ ਦੇ ਵਿੱਚੋਂ ਲੈਣਾ ਸੀ ਪਾਣੀ, ਉਸਨੇ ਪਾਣੀ ਨੇ ਤਾਪ ਘਰ ਨੂੰ ਠੰਡਾ ਕਰਕੇ ਮੁੜ ਕੇ ਫਿਰ ਸਤਲੁਜ ਕਨਾਲ 'ਚ ਪੈ ਜਾਣਾ ਸੀ, ਕਿਤੇ ਜਾਣਾ ਨਹੀਂ ਸੀ ਪਾਣੀ। ਲੇਕਿਨ ਇੱਕ ਬਹਾਨਾ ਬਣਾਇਆ ਗਿਆ ਔਰ ਉਸ ਬਹਾਨੇ ਦੇ ਨਾਲ ਕੀ ਹੋਇਆ ਕਿ ਜੀ ਸਾਡੇ ਨਾਲ ਸਮਝੌਤਾ ਕਰੋ ਕਿ ਜਿੰਨੀ ਬਿਜਲੀ, ਪਹਿਲਾਂ ਦਾ ਪਾਣੀ ਦਾ ਮਸਲਾ ਸੀ ਨਾ, ਪਾਣੀ ਇੰਨਾ ਇੰਨਾ ਸਾਨੂੰ ਮਿਲੇਗਾ। ਉਸ ਤੋਂ ਬਾਅਦ ਇਹ ਆ ਗਿਆ ਕਿ ਜਿੰਨੀ ਬਿਜਲੀ ਇਸ ਪਾਣੀ ਦੇ ਨਾਲ ਪੈਦਾ ਹੋਏਗੀ ਉਸ ਦਾ ਵੀ ਉਸੇ ਤਨਾਸਬ ਦੇ ਵਿੱਚ ਸਾਨੂੰ ਹਿੱਸਾ ਮਿਲੇਗਾ, ਜਿਸ ਕਿ ਜਿਹੜਾ ਕੇਸ ਕਹਿੰਦੇ ਨੇ ਕਿ ਅੱਜ ਵੀ ਚੱਲ ਰਿਹਾ। ਇਹ ਫੈਸਲਾ ਉਹਨਾਂ ਨੇ ਕਰਵਾਇਆ ਔਰ ਗਵਰਨਰ ਨੇ ਉਸ ਦੇ ਉੱਤੇ ਦਸਤਖਤ ਕੀਤੇ, ਜਿਹੜਾ ਕਿ ਉਸ ਨੂੰ ਬਿਲਕੁਲ ਕੋਈ ਅਧਿਕਾਰ ਨਹੀਂ, ਇਹ ਸਾਡੀ ਵਿਰਾਸਤ ਹੈ, ਅਸੀਂ ਦਰਿਆਵਾਂ ਦੇ ਪੁੱਤ ਹਾਂ, ਅਸੀਂ ਇਹਨਾਂ ਦਰਿਆਵਾਂ ਦੇ ਕਿਨਾਰਿਆਂ ਦੇ ਉੱਤੇ ਬੜੇ ਦੁੱਖ ਸਹਿਣ, ਅਸੀਂ ਇਸ ਇਹਨਾਂ ਦਰਿਆਵਾਂ ਦੇ ਕਿਨਾਰਿਆਂ ਦੇ ਉੱਤੇ ਬੜੇ ਸੁੱਖ ਵੀ ਬਹੁਤ ਸਾਡੇ ਹਿੱਸੇ ਦੇ ਵਿੱਚ ਆਏ ਨੇ, ਇਹ ਸਾਡੇ ਦਰਿਆ ਨੇ। ਇਹ ਗਵਰਨਰ ਕੌਣ ਹੁੰਦਾ ਜਿਹੜਾ ਕੇਂਦਰ ਦਾ ਏਜੰਟ ਹੈ, ਉਹ ਆ ਕੇ ਦਸਤਖਤ ਕਰ ਦਿੰਦਾ ਕਿ ਪੰਜਾਬ ਦੇ ਪਾਣੀ ਦੇ ਬਿਜਲੀ ਦੇ ਉੱਤੇ ਸਦਾ ਵਾਸਤੇ ਅਸੀਂ ਇਹ ਹਰਿਆਣਾ ਅਤੇ ਰਾਜਸਥਾਨ ਨੂੰ ਆਪਣਾ ਹਿੱਸਾ ਦੇਵਾਂਗੇ, ਚਾਹੇ ਜਿੰਨੀ ਬਿਜਲੀ ਪੈਦਾ ਹੋਏਗੀ ਉਸ ਦਾ ਹਿੱਸਾ ਇਹਨਾਂ ਨੂੰ ਦੇਵਾਂਗੇ। ਹੈ ਨਾ ਲੋੜਾ? ਔਰ ਇਹ ਤੁਸੀਂ ਦੇਖੋ
ਕਿ ਇਹ ਜਿਹੜੀ ਇਸ ਫੈਸਲੇ ਦੀ ਚੀਰਫਾੜ ਕਰੀ ਆਪਾਂ ਤਾਂ ਕੀ ਸਾਡੇ ਸਾਹਮਣੇ ਆਉਂਦਾ, ਦੋਨਾਂ ਸੂਬਿਆਂ ਨੂੰ ਜੇ ਲੋੜ ਸੀ ਬਿਜਲੀ ਲੈਣ ਦੀ ਤਾਂ ਉਹ ਸੁਪਰੀਮ ਕੋਰਟ ਜਾਂਦੇ, ਕਹਿੰਦੇ ਸਾਡਾ ਹੱਕ ਬਣਦਾ ਦਿਓ ਸਾਨੂੰ, ਲੇਕਿਨ ਨਹੀਂ ਸੀ ਜਾਣਾ ਚਾਹੁੰਦੇ ਕਿਉਂਕਿ ਸੁਪਰੀਮ ਕੋਰਟ ਦੇ ਵਿੱਚ ਉਹਨਾਂ ਨੂੰ ਹਰ ਪਾਸਿਓਂ ਨਮੋਸ਼ੀ ਸੀ, 78 ਧਾਰਾ ਚੈਲੇਂਜ ਹੁੰਦੀ ਸੀ, ਇਸ ਕਰਕੇ ਉਹਨਾਂ ਨੇ ਕਿਹਾ ਕਿ ਉੱਥੇ ਨਹੀਂ ਜਾਣਾ, ਗਵਰਨਰ ਕੋਲੋਂ ਕਰਵਾ ਲਓ। ਇਹ ਇੱਕ ਛੋਟਾ ਜਿਹਾ ਚਰਿੱਤਰ ਤੁਹਾਨੂੰ ਦੱਸਿਆ ਹੈ, ਇਸ ਤੋਂ ਵੱਡੇ ਵੱਡੇ ਧੋਖੇ ਪੈਰ ਪੈਰ ਦੇ ਉੱਤੇ ਤੁਹਾਡੇ ਨਾਲ ਹੋਏ ਨੇ ਔਰ ਇਹਨਾਂ ਦਾ ਜ਼ਿਕਰ ਹੋਣਾ ਚਾਹੀਦਾ। ਫਿਰ ਉਹਦੇ 'ਚ ਕੀ ਹੋਇਆ, ਉਸ ਦੇ ਵਿੱਚ ਸਮਝੌਤੇ ਦੇ ਵਿੱਚ ਇਹ ਲਿਖਿਆ ਗਿਆ ਕਿ ਇਹ ਜਿਹੜੇ ਹੈਗੇ ਸੂਬੇ ਇਹਨਾਂ ਨੂੰ ਪਾਣੀ, ਇਹਨਾਂ ਨੂੰ ਬਿਜਲੀ ਦਿੱਤੀ ਜਾਏਗੀ, ਲੇਕਿਨ ਨਾਲ ਦੀ ਨਾਲ ਇਹ ਲਿਖਿਆ ਕਿ ਜਿੰਨੇ ਵੀ ਮਸਲੇ ਇਸ ਤਰ੍ਹਾਂ ਦੇ ਹੁੰਦੇ ਨੇ, ਲੜਾਈ ਝਗੜੇ ਦੇ ਹੁੰਦੇ ਨੇ, ਉਹ ਇਸੇ ਵਿਧੀ ਨਾਲ ਸੈਟਲ ਕੀਤੇ ਜਾਣਗੇ, ਸੁਪਰੀਮ ਕੋਰਟ ਨੂੰ ਅਪੀਲ ਕੀਤੀ ਜਾਏਗੀ ਕਿ ਤੁਸੀਂ ਇਸ ਦੇ ਵਾਸਤੇ ਐਡਵਾਈਸ ਦਿਓ ਕਿ ਕੀ ਕਰਨਾ ਚਾਹੀਦਾ। ਸੁਪਰੀਮ ਕੋਰਟ ਕੋਲੋਂ ਸਿਰਫ ਪ੍ਰੈਜ਼ੀਡੈਂਟ ਐਡਵਾਈਸ ਲੈ ਸਕਦਾ, ਤੁਹਾਡੇ ਕੋਲ ਕੋਈ ਅਧਿਕਾਰ ਨਹੀਂ ਕਿਸੇ ਕੋਲ ਸੂਬਿਆਂ ਕੋਲ ਐਡਵਾਈਸ ਲੈਣ ਦਾ। ਸੋ ਇਹ ਜਾਣ ਕੇ ਇਹ ਕੀਤਾ ਗਿਆ ਕਿ ਕੋਈ ਵੀ ਇਸ ਦੇ ਵਿੱਚ ਐਡਵਾਈਸ ਨਾ ਲੈ ਸਕੇ ਔਰ ਫਿਰ ਇਹ ਮਸਲਾ ਸਾਡੇ ਹੱਥ ਦੇ ਵਿੱਚ ਆਵੇ ਕੇਂਦਰ ਦੀ।